ਇੱਟਾਂ ਥੱਲੇ ਹੈ ਨਾ, ਉੱਤੇ ਫਰਸ਼ ਝੱਟਿਆ ਥੱਲੇ ਜਾਂਦੀਆਂ ਇੱਟਾਂ। ਹਾਂਜੀ ਬਸ ਕਰ ਲਾ ਮੂੰਹ ਮਿਸਤਰੀ ਦੇ ਮਸ਼ੀਨ ਹੁੰਦੀ MP3 ਵਿਚੇ ਗਿੱਲੀਆਂ ਸੁੱਕੀਆਂ ਲਈ ਜਾਣ ਡਿਆ। ਹਾਂ ਦੇਖੋ ਹੈਲੋ ਗਾਈਸ, ਕੀ ਹਾਲ ਚਾਲ ਜੀ, ਠੀਕ ਠਾਕ ਸਾਰੇ ਠੀਕ ਹੀ ਹੋ ਗਏ। ਵੈਲਕਮ ਬੈਕ ਟੂ ਮਾਈ ਚੈਨਲ, ਆਈ ਹੋਪ ਤੁਸੀਂ ਸਾਰੇ ਘੈਂਟ ਹੋ, ਮੈਂ ਵੀ ਘੈਂਟ ਹਾਂ। ਅੱਜ ਦੇ ਨਵੇਂ ਵਲੋਗ 'ਚ ਤੁਹਾਡਾ ਸਵਾਗਤ ਹੈ। ਵਲੋਗ ਸ਼ੁਰੂ ਤੋਂ ਪਹਿਲਾਂ ਜੇ ਚੈਨਲ 'ਤੇ ਨਵੇਂ ਹੋ ਚੈਨਲ ਕਰੋ ਸਬਸਕ੍ਰਾਈਬ, ਵਲੋਗ ਨੂੰ ਕਰੋ ਲਾਈਕ, ਨਾਲ ਦੀ ਨਾਲ ਕਰਦੇ ਸ਼ੇਅਰ। ਅੱਜ ਅਸੀਂ ਚਾੜਨੀਆਂ ਪੌੜੀਆਂ, ਤੁਹਾਨੂੰ ਪਹਿਲਾਂ ਦੱਸਿਆ ਕਿ ਪੌੜੀਆਂ ਚਾੜਨੀਆਂ, ਸਾਡੇ ਪੌੜੀਆਂ ਨਹੀਂ ਚੜੀਆਂ। ਅੱਜ ਅਸੀਂ ਸਾਡਾ ਮਿਸਤਰੀ ਆਇਆ ਪੌੜੀਆਂ ਚਾੜਨੀਆਂ, ਅੱਜ ਆਹ ਸਾਡੇ ਪੌੜੀਆਂ ਜਗ੍ਹਾ, ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਡੇ ਆਹ ਪੌੜੀਆਂ ਜਗ੍ਹਾ ਵਾ, ਅਤੇ ਇੱਥੋਂ ਸਟਾਰਟ ਹੋਣੀ ਆ, ਮਤਲਬ ਕਿ ਇੱਥੋਂ ਦੱਥਲੇ ਮਾਰ ਦਿੰਦੇ ਚੌਕ ਜਿਹਾ ਪੁੱਟ ਕੇ ਇੱਥੋਂ ਸਟਾਰਟ ਹੋਣਾ, ਸਿੱਧੀ ਆ ਇੱਥੇ ਜਾ ਕੇ ਫਿਰ ਉੱਤੋਂ ਐਨੂੰ ਮੁੜ ਜਾਣੀ ਆ। ਹਾਂ ਮਿਣਤੀ ਮੁੰਤੀ ਲੈ ਲਈ ਮਿਸਤਰੀ ਨੇ ਅਤੇ ਸਾਰਾ ਕੁਝ ਕਰ ਲਿਆ, ਬਾਕੀ ਸਮਾਨ ਸਮੂਨ ਤੁਹਾਨੂੰ ਪਤਾ ਲੈਣ ਗਏ ਆ, ਤੋ ਸਾਰਾ ਕਰਨਾ ਫਿਰ ਜਿੱਦਾਂ ਕਿ ਸਾਡੇ ਹੁਣ ਇਹ ਦੋ ਭੰਨ ਕਰਨਾ। ਆਹ ਦੇਖੋ ਵੇਖ ਕੇ ਭਰਾ ਜੀ, ਫੀਤਾ ਜੀ ਆਉਣ ਲੱਗੇ ਅਸੀਂ ਮਿਣਤੀ ਮਾਰਨਾ। ਰੋਟੀ ਲਾ ਦੀ ਮਿਸਤਰੀ ਲਈ, ਜਿੱਦਾਂ ਕਿ ਡੇ ਹੁਣ ਅਸੀਂ ਮਿਣਤੀ ਮਾਰਨ, ਬਾਜੋ ਕਰਨਾ ਘਰ ਤੋ ਚੜਨੀਆਂ ਪੌੜੀਆਂ ਸਾਈਡ ਨੂੰ ਆ ਤੋੜੇ ਨੂੰ ਮੇਰੇ ਸੱਚ ਮਾਤ ਉਹ ਤੋੜਾਂ ਪਹਿਲਾਂ ਪੱਲੀ ਬਸ ਕਿਤੇ ਮਹਾਂ ਲੱਗੀਆਂ ਤੂੰ ਤੜਾਈ ਜਾਂਦੇ ਬਸ ਕਰ ਲਾ ਮੂੰਹ ਵੇਖ ਸਕਦੇ ਤੁਸੀਂ ਤੋੜਨੇ ਇੱਟਾਂ ਆਹ ਨਾ ਸਾਡੇ ਬੰਟੀ ਹੈ ਪੱਕਾ ਬੜਾ ਸੀਮਟ ਲਾਇਆ ਬੰਟੀ ਨੇ ਇਹਦੇ ਆਕੜੀ ਅਸੀਂ ਹੁੰਦੀ ਆਕੜੀ ਅਸੀਂ ਹੁੰਦੀ ਕੀ ਗੱਡੀ ਆ ਅੱਗ ਹੈ ਗੱਲ ਆ ਚੱਟੀ ਖੜੀ ਕੰਮ ਕਰਦਾ ਤੋੜਤਾ ਸੀਮਟ ਪੱਕਾ ਲਾਇਆ ਪਰ ਤੋੜਤਾ ਆਪਾਂ ਮਿੰਦੀ ਨੇ ਹੀ ਮਾਰਨ ਪੂਰੀ ਜ਼ੋਰਾਂ ਸ਼ੋਰਾਂ ਨਾਲ ਪੂਰੀ ਜ਼ੋਰਾਂ ਸ਼ੋਰਾਂ ਨਾਲ ਤਿਆਰੀ ਚੱਲ ਰਹੀ ਹੈ। ਹਾਂ ਜੀ ਦੱਸੋ ਬੰਟੀ ਜੀ ਹਾਂਜੀ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲਦੀ ਸਾਡੀ ਪਤਾ ਨਹੀਂ ਕੀ ਕਰਨ ਡਿਆ ਏ ਤੇ ਲਾ ਮਿਸਤਰੀ ਬਸ ਆ ਜਾ ਥੱਲੇ 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 ਹੀ ਹੈ
ਮਿਸਤਰੀ ਸਾਹਿਬ ਇੱਟਾਂ ਧੋਣ ਦੇ ਪੂਰੇ ਜ਼ੋਰਾਂ ਸ਼ੋਰਾਂ ਨਾਲ। ਇਹ ਹੁਣ ਕਰਨ ਗਿਆ ਮੋਗੇ ਨੂੰ ਬੰਦ। ਤਿੰਨ ਚਾਰ ਘੰਟੇ ਗਏ ਉਹਨੂੰ ਵੜਿਆ ਹੁੰਦਾ। ਅਸੀਂ ਹੁਣ ਚੱਲੇ ਹਾਂ ਥੱਲੇ, ਥੱਲੇ ਹੁਣ ਖੋਲ੍ਹਦੇ ਸਮਾਨ ਸਮੂਨ ਮਿਸਤਰੀਓਂ। ਉੱਤੇ ਤਾਂ ਸਾਡਾ ਕੰਮ ਗਿਆ ਮੁੱਕ। ਆਹ ਦੇਖੋ ਉੱਤਰ ਲੱਗੇ ਪੌੜੀਆਂ ਨੇ। ਕੀ ਹੈ ਮਿਸਤਰੀ ਸਾਹਿਬ, ਹੁਣ ਇੱਟਾਂ ਬੜੀਆਂ ਲੱਗ ਗਈਆਂ ਕਿ ਨਾ? ਅਸੀਂ ਹੁਣ ਫੜਾਉਣ ਲੱਗੇ ਇੱਟਾਂ। ਇੱਟੀ ਹੈ ਹੋਰ ਕੀ ਆ? ਹੈਲੋ ਜੀ, ਹੈਲੋ ਮਿਸਤਰੀ ਸਾਹਿਬ, ਇੱਟ ਰੋੜਾ ਕੱਢਾ ਟਹਿਲ ਦਾ ਲੈ ਵੀ ਟਹਿਲ ਦਾ ਆਪਣੇ ਬੰਟੀ ਜੀ ਆ, ਬੰਟੀ ਜੀ ਚਾੜ ਲੱਗੇ ਪੌੜੀਆਂ। ਬੰਟੀ ਜੀ ਹੁਣ ਆਖਿਆ ਬੰਦਾ ਲੈ ਵੀ ਲਿਆਇਆ ਨੀ ਸਾਨੂੰ ਫੜਿਆਣ ਬਾਈ ਨੂੰ ਇਹਨੇ। ਇਹ ਬੰਟੀ ਸਾਡਾ ਬਾਈ ਨੂੰ ਫੜਿਆ ਹੋਣਾ ਇਹਨੇ ਸਾਨੂੰ। ਆਹ ਵੇਖ ਸਕਦੇ ਤੂੰ ਰਿਸ਼ੀ ਵੀ ਡੇ ਪੂਰੇ ਨਾਲ ਜੋਰਾ ਛੜਾਉਣਾ ਕੰਮ ਕਰਾਉਣ। ਆਹ ਦੇਖੋ ਭਾਈ ਰਿਸ਼ੀ ਕਿਹਦੀ ਦਿਹਾੜੀ ਗਿਆ ਆਪਦੀ ਫੇਰੀ ਆ, ਮਿਸਤਰੀ ਮੁੜ ਦਿਹਾੜੀ ਨੀ ਗਿਆ ਕਰੀਏ। ਕਿਹੜਾ ਅੱਡਾ ਵੀਰ ਜੀ ਦੱਸੋ, ਮਿੰਡੇ ਦੱਸ ਕਿਹੜਾ ਅੱਡਾ? ਹੈਂ, ਅਸੀਂ ਲੱਗੇ ਹਾਂ ਰੋਟੀ ਖਾਣ। ਸਾਡੇ ਮਸਤ ਚਣੇ ਬਣੇ ਆ ਕਾਲੇ, ਅਸੀਂ ਰੋਟੀ ਖਾਣ ਲੱਗੇ। ਉਹਦੇ ਨਾਲ ਸਾਡੀ ਰੋਟੀ ਨਾਲ ਨਾਲ ਆ ਗਏ ਚਣੇ, ਅਸੀਂ ਲੱਗੇ ਹਾਂ ਰੋਟੀ ਖਾਣ। ਅਸੀਂ ਰੋਟੀ ਖਾ ਲਈ ਆ, ਰੋਟੀ ਖਾ ਕੇ ਫਿਨਿਸ਼ ਕਰਤੀ ਰੋਟੀ। ਸਾਡੀ ਚਣੇ ਸਬਜ਼ੀ ਬਹੁਤ ਸਵਾਦ ਬਣੀ ਸੀ। ਮਿਸਤਰੀ ਨੇ ਰੋਟੀ ਖਾ ਲਈ ਤੇ ਮੈਂ ਵੀ ਖਾ ਲਈ। ਮਿਸਤਰੀ ਦੂਜੇ ਘਰ ਖਾਣ ਡੇ ਤੇ ਮੈਂ ਇੱਧਰ ਖਾਣ ਡਿਆ। ਹੁਣ ਮਿਸਤਰੀ ਨਾਲ ਅਸੀਂ ਕੰਮ ਕਰਾਵਾਂਗੇ। ਆਹ ਹੁਣ ਆਪਾਂ ਪੌੜੀਆਂ ਵੇਖੋ ਡੇ ਆ, ਲਕੀਰਾਂ ਮਾਰਦੇ ਪੌੜੀਆਂ ਦਾ ਜਿਹੜਾ ਸਟੈਪ ਬਣੇ ਉਹਨਾਂ ਦੀਆਂ। ਆਹ ਵੇਖੋ ਇੱਧਰ ਹੀ ਬਣਾ ਤੇ ਆ, ਹੁਣ ਇੱਧਰ ਡੇ ਬਣਾਉਣਾ। ਸਾਡੀਆਂ ਪਲੇਟਾਂ ਵੀ ਆ ਗਈਆਂ ਵੇਖੋ, ਮੈਂ ਚੁੱਕਣ ਲੱਗੇ ਹੁਣ। ਜਿੱਦਾਂ ਕਿ ਪਲੇਟਾਂ ਚੁੱਕੀਆਂ ਦੇਖ ਸਕਦੇ ਜੀ। ਆਹ ਜਿਹੜਾ ਦੇਖੀ ਪਲੇਟਾਂ ਚੁੱਕਣ ਡੀਆਂ ਦੇਖ ਸਕਦੇ ਜਿੱਦਾਂ ਪਲੇਟਾਂ। Thank you.
ਸਾਡੀਆਂ ਸਾਰੀਆਂ ਪਲੇਟਾਂ ਆ ਚੁੱਕੀਆਂ, ਦੇਖ ਸਕਦੇ ਜਿੱਦਾਂ ਕਿ ਤੁਸੀਂ ਸਾਡੀ ਸਾਰੀਆਂ ਪਲੇਟਾਂ ਆ ਚੁੱਕੀਆਂ, ਉਹਨਾਂ ਨਾਲ ਬੱਲੀਆਂ ਸੀ ਚਾਰ ਕੇ, ਤਾਂ ਸਾਡੀ ਪਲੇਟਾਂ ਆ ਗਈਆਂ, ਹੁਣ ਲੱਗਣਗੀਆਂ ਪਲੇਟਾਂ, ਹੁਣ ਵੀ ਸਾਰਾ ਕੰਮ ਹੋਊਗਾ। ਹੁਣ ਜਿੱਦਾਂ ਕਿ ਅਸੀਂ ਰੇਤ ਮੰਡੇ ਹਾਂ ਬਾਲਟੀਆਂ 'ਚ, ਹਾਂਜੀ ਆਹ ਉੱਪਰ ਰੇਤ ਦੇ ਪਾਉਣਾ, ਇਹ ਆਹ ਵੇਖ ਸਕਦੇ ਤੁਸੀਂ ਰੇਤ ਅਸੀਂ ਮੰਡੇ ਹਾਂ। ਹੁਣ ਬਣਾਉਣ ਲੱਗੇ ਆਪਾਂ ਮਸਾਲਾ, ਆ ਬੰਟੀ ਚੁੱਕ ਜਿਹੜੇ ਮਿਸਤਰੀ ਸਾਹਿਬ ਡੇ ਚੁੱਕਣ, ਰੇਤ ਹੀ ਦਿੱਤੀ ਹੈ ਸੁੱਟ, ਹੁਣ ਅਸੀਂ ਸੀਮਿੰਟ ਪਾਵਾਂਗੇ, ਰਲਾਵਾਂਗੇ ਮਾਲ, ਉਹਨੂੰ ਬਣਾਵਾਂਗੇ, ਇਹਨੂੰ ਮਸਾਲੇ ਨੂੰ, ਅਤੇ ਉੱਥੇ ਚੌਂਕ ਪੂਗਾਂਗੇ। ਹੁਣ ਅਸੀਂ ਪਾਉਣ ਲੱਗੇ ਹਾਂ ਸੀਮਿੰਟ ਦੀ ਬੋਰੀ ਖੋਲ੍ਹ ਕੇ, ਹੁਣ ਇੱਕ ਬਾਲਟ ਹੁਣ ਪਾ ਤਾ ਆਪਾਂ ਸੀਮਿੰਟ ਦਾ ਬਾਲਟ ਇੱਕ। ਹੁਣ ਜਿੱਦਾਂ ਕਿ ਅਸੀਂ ਗੋਡੀ ਦੀਆਂ ਲੱਗੇ ਹਾਂ ਸੀਮਿੰਟ, ਰੇਤ ਮਸਾਲ ਸੀਮਿੰਟ ਹੀ ਪਾ ਤਾ, ਹੁਣ ਗੋਡੀ ਦੇ ਲੱਗੇ ਹਾਂ, ਆਹ ਵੇਖ ਸਕਦੇ ਤੁਸੀਂ ਕੰਮ ਅੱਜ ਸਾਨੂੰ ਕਰਨਾ ਪੈਣਾ, ਮਿਸਤਰੀ ਨੇ ਮਜ਼ਦੂਰ ਤੇ ਲਿਆਂਦਾ ਨਹੀਂ ਆ, ਠੇਕਾ ਵੀ ਮਾਰ ਲਿਆ, ਤੇ ਆਹ ਵੇਖੋ ਮੈਨੂੰ ਕੰਮ ਕਰਨਾ ਪੈਣ ਡਿਆ, ਹੁਣ ਕੀ ਬੰਦਾ ਕਰੇ ਕੰਮ ਤੇ ਭਾਵੇਂ ਚਲੋ ਘਰਦਾ ਹੀ ਆ, ਪਰ ਠੇਕਾ ਮਾਰਿਆ ਨਾ ਉਹ ਤੇ ਠੇਕਾ ਜਿੱਦਾਂ ਮਾਰਿਆ ਹੁਣ ਹਨਾ, ਉਹ ਤੇ ਫਿਰ ਪੈਸੇ ਲੈਣੇ ਆ ਤੇ ਮਜ਼ਦੂਰ ਤੇ ਲਿਆਂਦਾ ਆਪਣੇ ਕੋਲ। ਅਸੀਂ ਗੋਡੀ ਦੇ ਦਿੱਤੀ ਸੀ ਅਤੇ ਹੁਣ ਪਾਣੀ ਪਾ ਕੇ ਅਸੀਂ ਦੌਰ ਮਾਰ ਕੇ ਪਾਣੀ ਪਾ ਕੇ ਸਾਰਾ ਕੁਝ ਕਰਤਾ ਹੈ, ਹੁਣ ਮਿਸਤਰੀ ਦੇ ਬੰਦਾ ਲੱਭਣ ਗਿਆ, ਪਹਿਲਾਂ ਲੈ ਦੇਣੀ ਆ, ਹੁਣ ਬੰਦਾ ਲੱਭਣ ਗਿਆ ਆ ਕੇ ਇਸ ਦੇ ਮਾਰਿਆ ਠੇਕਾ, ਬੰਦਾ ਲੈਣ ਗਿਆ ਅਤੇ ਆਹ ਕੋਈ ਕਰਤਾ ਸਾਰਾ ਕੁਝ ਡੈਡੀ, ਹੁਣ ਬਾਕੀ ਉਹਦਾ ਕੰਮ ਆ ਗਾੜੀ ਕੀ ਕਰਨਾ, ਜਿੰਨਾ ਸਾਡਾ ਕੰਮ ਹੈ ਦਿਹਾੜੀ ਜੁੜੀ ਕਦੀ ਗਿਆ ਨਹੀਂ, ਪਰ ਕਰਤਾ ਵੇਖਿਆ ਜੀ ਦਿਹਾੜੀ ਇੱਕ ਅੱਧੀ ਵਾਰ ਗਏ ਵੇਖਿਆ ਜੀ ਇਹ ਕੰਮ, ਅਤੇ ਉਹ ਕਰਤਾ ਹੁਣ ਆਪਾਂ ਰੈਡੀ, ਹੁਣ ਬਾਕੀ ਮਿਸਤਰੀ ਦੀ ਦੇਰ 'ਤੇ ਉਹਨੇ ਕੰਮ ਕਰ ਦੇਣਾ, ਬਾਕੀ ਲੱਗ ਹੀ ਜਾਣੇ 2-3 ਦਿਨ, ਇੱਦਾਂ ਤੈਨੂੰ ਕੰਟੀਨਿਊ ਵਲੌਗ ਦੇਣਗੇ ਪੌੜੀਆਂ ਦੇ। ਜਿੱਦਾਂ ਕਿ ਹੁਣ ਵੇਖੋ ਡੇ ਪਟਾਈ ਕਰਨ, ਸਾਡੇ ਇੱਥੇ ਬਣਾਉਣਾ ਚੌਂਕ ਪੌੜੀਆਂ ਦੇ ਥੱਲੇ, ਤਾਂ ਵੇਖੋ ਹੁਣ ਡੇ ਡੇ ਪਟਾਈ ਕਰਨ ਅਤੇ ਇਹਨੂੰ ਪਟਾਈ ਕਰਕੇ ਬਾਅਦ ਥੱਲੇ ਚੌਂਕ ਪੂਰਨਾ ਥੱਲੇ। ਹੁਣ ਸਾਡੇ ਇਹਨਾਂ ਨੇ ਪੁੱਟਤਾ ਸਾਰਾ ਕੁਝ ਮਿੱਟੀ ਮਾਟੀ ਜਿਹੜਾ ਕਰਨ ਦੇ, ਹੁਣ ਮਿੰਦੀ ਹੋਣ ਦੀ ਥੱਲੇ ਇੱਧਰ ਦੀ, ਥੱਲੇ ਹੋਰ ਇੱਕ ਫਰਸ਼ ਉਹ ਵੀ ਪੁੱਟਣਾ ਜੀ। ਹੁਣ ਆ ਸਾਡੇ ਵੇਖੋ ਚੌਂਕ ਲੱਗੇ ਆ ਭਰਨ, ਇੱਟਾਂ ਡੇ ਲਾਉਣ, ਆ ਡੇਟਾਂ ਲਿਆਉਣ ਡਿਆ ਵੇਖੋ, ਆਹ ਡੇ ਚੌਂਕ ਭਰਨ, ਮਸਾਲਾ ਪੂਰਾ ਪਾ ਤਾ ਅਤੇ ਭਰ ਦੇਣਾ ਹੁਣ ਚੌਂਕ ਉਹਨਾਂ ਨੇ, ਆਖੋ ਮਿਸਤਰੀ ਪੂਰੀ ਤੇਜ਼ਾਂ ਜੇ ਡਿਆ ਭਰਨ, ਮਿਸਤਰੀ ਦੇ ਮਸ਼ੀਨ ਹੁੰਦੀ MP3 ਜੇ ਗਿੱਲੀਆਂ ਸੁੱਕੀਆਂ ਲਈ ਜਾਣ ਡਿਆ। ਹਾਂ ਦੇਖੋ ਅੱਜ ਦੇ ਵਲੌਗ ਨੂੰ ਅਸੀਂ ਇੱਥੇ ਐਂਡ ਕਰਦੇ ਹਾਂ, ਅਤੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ, ਜੇ ਚੈਨਲ ਦੇ ਨਵੇਂ ਚੈਨਲ ਕਰ ਦਿਓ ਸਬਸਕ੍ਰਾਈਬ। ਹੁਣ ਤੁਹਾਨੂੰ ਮਿਲਾਂਗੇ ਅਗਲੇ ਨਵੇਂ ਵਲੌਗ ਦੇ ਵਿੱਚ।